ਹਾਂਜੀ ਦੋਸਤੋ ਸਵਾਗਤ ਹੈ ਤੁਹਾਡੇ ਸਾਰਿਆਂ ਦੇ ਤੁਹਾਡੇ ਆਪਣੇ YouTube ਚੈਨਲ DK Social Help ਦੇ ਉੱਤੇ ਦੋਸਤੋ ਅੱਜ ਇੱਕ ਹੋਰ ਨਵੀਂ ਤੇ ਬੜੀਆ ਸੋਹਣੀ ਖਬਰ ਲੈ ਕੇ ਤੁਹਾਡੇ ਤੱਕ ਆਏ ਹਾਂ ਸੋ ਦੋਸਤੋ ਜਿਨ੍ਹਾਂ ਵੀਰਾਂ ਨੇ ਇਸ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਸੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਵੀਡੀਓ ਸ਼ੁਰੂ ਕਰਨ ਦੇ ਨਾਲ ਹੀ ਸਭ ਤੋਂ ਪਹਿਲਾਂ ਖੁਸ਼ਖਬਰੀ ਇਹ ਸੁਣ ਲੋ ਕਿ ਜਿਵੇਂ ਕਿ ਕਿਸਾਨਾਂ ਨੂੰ ਕ੍ਰਿਸ਼ਾਨ ਕ੍ਰੈਡਿਟ ਕਾਰਡ ਮਿਲਦਾ ਹੈ ਉਸੇ ਤਰਜ਼ ਤੇ ਸਰਕਾਰ ਇੱਕ ਹੋਰ ਕ੍ਰੈਡਿਟ ਕਾਰਡ ਬਣਾਉਣ ਜਾ ਰਹੀ ਹੈ ਜਿਸ ਦਾ ਨਾਮ ਰੱਖਣ ਜਾ ਰਹੀ ਹੈ ਵਪਾਰ ਕ੍ਰੈਡਿਟ ਕਾਰਡ ਯਾਨੀ ਬਿਜ਼ਨਸ ਕ੍ਰੈਡਿਟ ਕਾਰਡ ਜਿਸ ਦੇ ਤਹਿਤ ਛੋਟੇ ਦੁਕਾਨਦਾਰਾਂ ਅਤਾ ਜਿਹੜੇ ਵੀ ਦਰਮਿਆਨੇ ਕਾਰੋਬਾਰੀ ਨੇ ਉਹਨਾਂ ਨੂੰ ਉਸੇ ਤਰੀਕੇ ਨਾਲ ਹੀ ਲੋਨ ਮਿਲੇਗਾ ਜਿਹੇ ਤਰੀਕੇ ਨਾਲ ਕਿਸਾਨਾਂ ਨੂੰ ਮਿਲ ਰਿਹਾ ਹੈ ਸੋ ਦੋਸਤੋ ਤੁਹਾਨੂੰ ਪਹਿਲਾਂ ਇਹ ਦੱਸਦਾ ਕਿ ਕਿਸਾਨ ਕ੍ਰੈਡਿਟ ਕਾਰਡ ਤੇ ਕਿਸ ਹਿਸਾਬ ਨਾਲ ਲੋਨ ਮਿਲਦਾ ਹੈ ਦੋਸਤੋ ਜੇ ਕੋਈ ਕਿਸਾਨ ਸਰਕਾਰ ਤੋਂ ਲੋਨ ਲੈਂਦਾ ਹੈ ਤਾਂ ਤਕਰੀਬ ਉਹਨੂੰ 7% ਵਿਆਜ ਲੱਗਦਾ ਹੈ ਸਾਲਾਨਾ ਉਸ ਦੇ ਵਿੱਚੋਂ 3% ਕੱਟ ਕੇ ਯਾਨੀ 3% ਸਬਸਿਡੀ ਦਿੰਦੀ ਹੈ ਸਰਕਾਰ ਬੈਂਕ ਨੂੰ ਠੀਕ ਹੈ ਤੇ ਜਿਹ ਪਿੱਛੇ ਬਚਿਆ 4% 4% ਹੀ ਜਿਹੜਾ ਕਿਸਾਨ ਨੇ ਬੈਂਕ ਵਿੱਚ ਭਰਨਾ ਹੁੰਦਾ ਹੈ ਜਿਹੜਾ ਵੀ ਲੋਨ ਮਿਲਦਾ ਹੈ ਸੋ ਦੋਸਤੋ ਹੁਣ ਦੱਸਿਏ ਉਸੇ ਤਰਜ਼ ਵਿੱਚ ਜਿਹੜੇ ਦੁਕਾਨਦਾਰ ਨੇ ਛੋਟੇ ਉਹਨਾਂ ਨੂੰ ਵੀ ਇਹ ਲੋਨ ਮਿਲਿਆ ਕਰੇਗਾ ਇਹ ਵੀ ਹਜੇ ਸ਼ੁਰੂ ਜੇ ਜਿਹਦੀ ਇਹਦੀ ਰਾਸ਼ੀ ਰੱਖਣਗੇ 50000 ਤੋਂ ਲੱਖ ਰੁਪਏ ਦੇ ਵਿੱਚ ਵਿੱਚ ਇਹ ਰਾਸ਼ੀ ਰੱਖਣਗੇ ਜਿਵੇਂ ਜਿਵੇਂ ਜਿਹੜਾ ਦੁਕਾਨਦਾਰ ਆਪਣਾ ਸਿਵਲ ਸਕੋਰ ਯਾਨੀ ਆਪਣਾ ਵਰਤਾਰਾ ਬੈਂਕ ਨਾਲ ਸਹੀ ਰੱਖੇਗਾ ਲੈਣ ਦੇਣ ਸਹੀ ਕਰੇਗਾ ਉਹਨੂੰ ਵੱਧ ਵੀ ਲੋਨ ਮਿਲਿਆ ਕਰੇਗਾ ਸੋ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਇਹ ਬਹੁਤ ਵੱਡੀ ਅਚੀ ਖਬਰ ਹੈ ਕਿਉਂਕਿ ਕਰੋਨਾ ਕਾਲ ਤੋਂ ਬਾਅਦ ਕਈਆਂ ਦੇ ਜਿਹੜੇ ਕਾਰੋਬਾਰ ਨੇ ਉਹ ਠੱਪ ਹੋ ਚੁੱਕੇ ਨੇ ਸੋ ਦੋਸਤੋ ਉਹਨੂੰ ਹੀ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਕਿਸਾਨ ਕ੍ਰੈਡਿਟ ਕਾਰਡ ਦੀ ਤਰਜ਼ ਤੇ ਇੱਕ ਵਪਾਰ ਕ੍ਰੈਡਿਟ ਕਾਰਡ ਬਣਾਇਆ ਜਾਵੇ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਲਾਭ ਹੋ ਸਕੇ ਸੋ ਦੋਸਤੋ ਤੁਹਾਨੂੰ ਇਹ ਖਬਰ ਕੈਹੋ ਜਿਹੀ ਲੱਗੀ ਉਮੀਦ ਕਰਦਾ ਬਹੁਤ ਅੱਛੀ ਖਬਰ ਲੱਗੀ ਹੋਏਗੀ ਕਿਉਂਕਿ ਜਿਹੜੇ ਛੋਟੇ ਦੁਕਾਨਦਾਰ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲੇਗੀ ਕਿਸ ਸਰਕਾਰ ਵੱਲੋਂ ਜਿਹੜਾ ਲੋਨ ਮਿਲ ਰਿਹਾ ਉਹ ਘੱਟ ਵਿਆਸ ਤੇ ਮਿਲ ਰਿਹਾ ਹੈ ਸੋ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਖਬਰ ਅੱਛੀ ਲੱਗੀ ਕਿ ਕਿਵੇਂ ਲੱਗੀ ਤੇ ਆਪਣੇ ਜਿਹੜੇ ਚੈਨਲ ਆ ਉਹਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਜਰੂਰ ਕਰਕੇ ਜਾਓ ਧੰਨਵਾਦ ਦੋਸਤੋ ਜੈ ਹਿੰਦ